इस वेले की वड्डी खबर फरीदकोट तो आ रही है जिथे साबका अकाली विधायक मनतार सिंह बराड़ की जमानत अर्जी खारिज कर दी गई है। कोटकपुरा गोलीकंड मामले दे विच SIT दे वल्लों मनतार बराड़ नूं नामजद किया गया सी, जिसके बाद मनतार बराड़ ने फरीदकोट सैशन कोर्ट दे विच अगाऊ जमानत की अर्जी दायर की सी, जिसके बीते दिन 2 घंटे बहस के बाद अज फरीदकोट अदालत ने मनतार बराड़ नूं झटका देते हुए उन्होंने अगाऊ जमानत अर्जी नूं खारिज कर दिता है। ਇਹ ਜ਼ਮਾਨਤ ਅਰਜ਼ੀ ਖਾਰਜ ਹੋਣ ਦੇ ਬਾਅਦ ਮਨਤਾਰ ਬਰਾੜ ਤੇ ਕੀ ਕਾਰਵਾਈ ਹੋ ਸਕਦੀ ਹੈ, ਇਹ ਦੈਨਿਕ ਸਵੇਰਾ ਨੂੰ ਦੱਸਿਆ SIT ਦੇ ਮੈਂਬਰ IG ਕੁਮਾਰ ਵਿਜੇ ਪ੍ਰਤਾਪ ਸਿੰਘ ਨੇ। IG ਸਾਹਿਬ ਹੁਣੇ ਮਨਤਾਰ ਬਰਾੜ ਦੀ ਜ਼ਮਾਨਤ ਅਰਜ਼ੀ ਖਾਰਜ ਹੋਈ ਹੈ, FIR 'ਚ ਉਹਨਾਂ ਦਾ ਨਾਮ ਹੈ। ਕੋਟਕਪੁਰ ਇੰਸੀਡੈਂਟ ਨੂੰ ਲੈ ਕੇ ਪੁਲਿਸ ਦੀ ਅਗਲੀ ਕਾਰਵਾਈ ਹੁਣ ਕੀ ਹੋ ਸਕਦੀ ਹੈ ਜਦੋਂ ਕੋਰਟ ਐਂਟੀਸਪੇਟਰੀ ਬੇਲ ਖਾਰਜ ਕਰ ਰਹੀ ਹੈ? ਦੇਖੋ, ਪੁਲਿਸ ਕਾਨੂੰਨ ਦੇ ਮੁਤਾਬਿਕ ਜੋ ਵੀ ਕਾਰਵਾਈ ਬਣਦੀ ਹੈ ਕਾਨੂੰਨ ਕਾਰਵਾਈ ਕੀਤੀ ਜਾਵੇਗੀ। ਮਾਨਯੋਗ ਅਦਾਲਤ ਦੇ ਵਿਚ ਜੋ ਕੁਛ ਵੀ ਉਹਨਾਂ ਦੇ ਖਿਲਾਫ ਐਵੀਡੈਂਸ ਸੀ ਉਸ ਦੇ ਬਾਰੇ ਦੱਸ ਦਿੱਤਾ ਗਿਆ ਸੀ, ਤੇ ਮਤਲਬ ਹੁਣ ਆਉਣ ਵਾਲੇ ਸਮੇਂ ਦੇ ਵਿਚ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਉਹ ਕਾਰਵਾਈ ਕੀਤੀ। ਕਾਨੂੰਨੀ ਕਾਰਵਾਈ ਗ੍ਰਿਫਤਾਰੀ ਹੀ ਹੋਏਗੀ? ਗ੍ਰਿਫਤਾਰੀ ਤੋਂ ਪਹਿਲਾਂ ਤੁਸੀਂ ਸੰਪਰਕ ਕਰੋਗੇ ਉਹਨਾਂ ਨੂੰ? ਮੈਂ ਸਿਰਫ ਕਾਨੂੰਨੀ ਕਾਰਵਾਈ ਦੀ ਗੱਲ ਕਰ ਸਕਦਾ ਹਾਂ, ਮਤਲਬ ਮੈਂ ਕੋਈ ਵੀ ਜੋ ਸਾਡੀ ਜਿਹੜੀ SIT ਹੈ ਉਹਦੀ ਸਟ੍ਰੈਟਜੀ ਜਾਂ ਇਨ ਫਿਊਚਰ ਜੋ ਸਾਡੀ ਸਟ੍ਰੈਟਜੀ ਹੈ ਮੈਂ ਡਿਟੇਲ ਦੇ ਵਿਚ ਨਹੀਂ ਦੱਸ ਸਕਦਾ ਹਾਂ। ਮੈਂ ਸਿਰਫ ਤੁਹਾਨੂੰ ਇਹ ਕਹਿ ਸਕਦਾ ਹਾਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸ ਸਕਦੇ ਹੋ ਕਿ ਐਂਟੀਸਪੇਟਰੀ ਬੇਲ ਜਦੋਂ ਖਾਰਜ ਹੋ ਰਹੀ ਹੈ ਔਰ FIR 'ਚ ਜਦੋਂ ਨਾਮ ਹੋਵੇ ਤੇ ਪੁਲਿਸ ਦੇ ਅਗਲੇ ਰਸਤੇ ਕੀ ਹੁੰਦੇ ਨੇ, ਕਾਰਵਾਈ ਹੁੰਦੀ ਕੀ ਕੀ ਨੇ? ਇਹ ਚੀਜ਼ ਮੈਂ SIT ਦਾ ਮੈਂਬਰ ਹੁੰਦੇ ਹੋਏ, ਮੈਂ ਇਸ ਤਫਤੀਸ਼ੀ ਟੀਮ ਦਾ ਹਿੱਸਾ ਹੁੰਦੇ ਹੋਏ ਇਹ ਸਾਰਾ ਚੀਜ਼ ਮੈਂ ਨਹੀਂ ਦੱਸ ਸਕਦਾ ਹਾਂ। ਤੁਸੀਂ ਕਿਸੇ ਹੋਰ ਕਾਨੂੰਨ ਦੇ ਮਾਹਿਰ ਵਿਅਕਤੀ ਦਾ ਤੁਸੀਂ ਬਿਆਨ ਲੈ ਸਕਦੇ ਹੋ ਇਸ ਸੰਬੰਧ ਦੇ ਵਿਚ, ਕਿਉਂਕਿ ਮੈਂ ਇਸ ਤਫਤੀਸ਼ੀ ਟੀਮ ਦਾ ਹਿੱਸਾ ਹਾਂ ਤੇ ਮੈਨੂੰ ਇਸ ਸੰਬੰਧ ਦੇ ਵਿਚ ਬੋਲਣਾ ਨਹੀਂ ਬਣਦਾ। ਅਗਲੀ ਕਾਰਵਾਈ ਜਿਹੜੀ ਹੈ ਪੁਲਿਸ ਦੀ ਉਹ ਕਿੰਨੀ ਕੁ ਦੇਰ ਤੱਕ ਸ਼ੁਰੂ ਹੋਏਗੀ, ਕਿਉਂਕਿ ਹੁਣੇ ਹੁਣੇ ਕੋਰਟ ਤੋਂ ਫੈਸਲਾ ਆਇਆ? ਕਾਰਵਾਈ ਚੱਲ ਰਹੀ ਹੈ, ਕਾਰਵਾਈ ਬੰਦ ਨਹੀਂ ਹੋਈ ਹੈ, ਕਾਰਵਾਈ ਚੱਲ ਰਹੀ ਹੈ। ਉਸ ਦੀ ਚਿੰਤਾ ਤੁਸੀਂ ਨਾ ਕਰੋ ਬਿਲਕੁਲ, ਤੇ ਮੈਂ ਤੁਹਾਡੇ ਰਾਹੀਂ ਮਤਲਬ ਤੁਹਾਡੇ ਦਰਸ਼ਕ ਜਿਹੜੇ ਨੇ ਮੈਂ ਇਹੀ ਕਹਾਂਗਾ ਕਿ ਇਹ ਤਫਤੀਸ਼ ਬਹੁਤ ਹੀ ਟ੍ਰਾਂਸਪੇਰੈਂਟ ਮੈਨਰ ਦੇ ਵਿਚ ਚੱਲ ਰਹੀ ਹੈ, ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ। ਜੋ ਕਾਨੂੰਨ ਸਾਨੂੰ ਇਜਾਜ਼ਤ ਦੇਗਾ ਉਸ ਹਿਸਾਬ ਦੇ ਨਾਲ ਕਾਰਵਾਈ ਜਾਰੀ ਰਹੇਗੀ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਤੇ ਨਿਊਜ਼ ਡੈਸਕ ਤੋਂ ਰਿਮਾਂਸ਼ੂ ਗਾਬਾ ਦੀ ਰਿਪੋਰਟ।